ਪਰਾਉਣੇ ਨਾਲ ਜੇ ਪੰਗਾ ਲਿਆ ਫਿਰ ਖੜੋ ਠੀਕ ਹੈ ਨਾ ਗਾਣਾ ਕੱਢਣਾ ਕੱਢੋ ਆਜੋ ਬਰਾਬਰ ਪਾਓ ਡੇਟ ਕਿਹਨੇ ਪਾਉਣੀ ਹੈ क्या उस्ताद लोग हो यार हाँ हा। कमाल सिंगिंग कमाल रुद आ रही है मतलब ये चीजा सुकून दिंदी है। सब तो पहला सारे नु सत श्री अकाल सॉरी मैं थोड़ा नहीं काफी लेट हो गई हाँ ऑलमोस्ट आधा घंटा उस तो भी ज्यादा ते होर सुनाओ सब ठीक ठाक हो काफी जने वेट कर रहे थे कि तुसी आजो लाइव तुसी लेट हो गए हो जी थोड़ा माहौल बनाओ थोड़ी आवाज चुक हो ज्यादा आवाज ठीक ठाक आ रही है सब नू मैनु कमेंट्स दे विच दस्यो प्लीज रिक्वेस्ट एक्सेप्ट करा चलो आज किसी दी रिक्वेस्ट आप एक्सेप्ट करांगे मैं देख रही हूँ आज की भी रिक्वेस्ट आप एक्सेप्ट करांगे रिक्वेस्ट बहुत ज्यादा भेजियां मैनू समझ नहीं आ रहा भी हम रिक्वेस्ट एक्सेप्ट करा मैं ओके जी चलो गलबात करते हैं जो गाना आ रहा नवा लीरा ओ सॉरी किसी गाने का फोरहेड क्या दिमाग चो निकल गया फोरहेड गाना आ रहा एक्चुअली ना वो एक वर्ड करके बड़ा ज़्यादा मेरे जहन च ही हो गया क्योंकि मैं वो लीरा वर्ड करके काफ़ी कॉन्ट्रोवर्सी जी बनी हुई है। सत श्रीकाल जी की हाल चाल आजो आजो आप लाइव हाँ लाइट मैन इधर लाइट मैन बैठे हैं जी करा मैंने ये थोड़ू ना जी इधर लाइट मैन बोलो साढ़े थैंक यू जी तुसी बहुत एफर्ट कर रहे हो हाँ जी नमस्कार जी स्टूडियो मैं हाँ जी सो मैं गल कर रही थी फोरहेड दी जो नवा गाना आ रहा तो मैं मैनू ना बड़े मैसेज आए कि तुसी ना गाने का टाइटल चेंज कर दो तो मेरे उही दिमाग च रह गया तो गाना टाइटल आप ही रखा आप टाइटल नहीं चेंज करा बाकी गाने जिन्ना क वधिया रिस्पोंस मिले मैं पॉजिटिव मिले तो मैं नहीं पता कि क्यों मतलब इन्ना अगर कोई किसी नूं बुरा भी लग रहा मैं नहीं पता क्यों लग रहा तो मैं उसकी मैं कोई केयर भी नहीं हैगी कि किसी नूं चंगा लगता माड़ा लगता अरे वाह थैंक यू तो ऐसा गाने करने हैं तो गाना ही गाने नूं गाने तरह ही लेना चाहिए और सुनाओ सब ठीक ठाक
ਉਹ ਇੱਕ ਨਾ ਡਾਇਲੋਗ ਹੈਗਾ ਕਹਿੰਦੇ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ ਤੇ ਗਾਣਾ ਹੀ ਹੈ ਵੀਰੇ ਗਾਣਾ ਹੀ ਹੈ ਗਾਣੇ ਨੂੰ ਗਾਣੇ ਤਰ੍ਹਾਂ ਲੈਣਾ ਚਾਹੀਦਾ ਤੇ ਕਮੈਂਟ ਹੀ ਨਹੀਂ ਪੜ੍ਹ ਰਹੀ ਹਾਂ ਮੈਂ ਥੋੜੇ ਪੜ੍ਹ ਲੈਂਦੇ ਹਾਂ ਗ੍ਰੇਟ ਸਟੂਡੀਓ ਥੈਂਕ ਯੂ ਮਿਸਟਰ ਪੇਂਡੂ ਚਾਹ ਬੋਲੀ ਬਣ ਰਹੀ ਹੈ ਪੇਂਡੂ ਮਿਸਟਰ ਡੀ ਵਧੀਆ ਬਿਲਕੁਲ ਠੀਕ ਹੈ ਲੇਟ ਹੋ ਗਏ ਤੁਸੀਂ ਅਸੀਂ ਉਹਦਾ ਲਾਹਾ ਲੈ ਲਿਆ ਅਸੀਂ ਲਾਈਵ ਹੋ ਗਏ ਹਾਂਜੀ ਕੀ ਬਾਤ ਹੈ ਬਹੁਤ ਜਲਦੀ ਨਵੇਂ ਨਵੇਂ ਗਾਣੇ ਲੈ ਕੇ ਆ ਰਹੇ ਹਾਂ ਰੁਪਿੰਦਰ ਹਾਂਡਾ ਜੀ ਦੀ ਵੋਕਲ ਦੇ ਵਿੱਚ ਘੈਂਟ ਗਾਣੇ ਬਾਕੀ ਗੱਲ ਤੁਸੀਂ ਸਮਝਾਤੀ ਹੋਣੀ ਪ੍ਰੋਜੈਕਟ ਮੈਂ ਤਾਂ ਨਾ ਨਾਮ ਗਲਤ ਲੈ ਹੋ ਗਿਆ ਮੈਂ ਕਿਹਾ ਲੀਰਾ ਗਾਣਾ ਆ ਰਿਹਾ ਮੇਰੇ ਦਿਮਾਗ ਚੋਂ ਨਿਕਲ ਗਿਆ ਫੋਰ ਹੈਡ ਤੇ ਹਾਂਜੀ ਹਾਂਜੀ ਫੋਰ ਹੈਡ ਗਾਣੇ ਦਾ ਨਾਂ ਆ ਹੁਣ ਤੇ ਸਾਰਿਆਂ ਨੇ ਸੋਹਣੀ ਲਈ ਹੈ ਵਾਲ ਵੀ ਦੇਖ ਲਏ ਹੋਣਗੇ ਤੁਸੀਂ ਇਹਨਾਂ ਦੇ ਬਹੁਤ ਸੋਹਣਾ ਹੈ ਸਟਾਈਲ ਆ ਯੂ ਸਿੰਗ ਵੈਰੀ ਹਾਈ ਐਂਡ ਗ੍ਰੇਟ ਥੈਂਕ ਯੂ ਜੀ ਬਾਕੀ ਅੱਜ ਨਾ ਮੈਂ ਵੈਸੇ ਹੀ ਲਾਈਵ ਹੋਈ ਸੀਗੀ ਤੇ ਮੇਰੇ ਨਾ ਮੈਨੂੰ ਕਈਆਂ ਨੇ ਟੈਗ ਟੂਗ ਵੀ ਕੀਤਾ ਮੈਨੂੰ ਕਈਆਂ ਨੇ ਟੈਗ ਕੀਤਾ ਪਤਾ ਨੀ ਅੱਜ ਲਾਈਵ ਚ ਪਤਾ ਨੀ ਕੀ ਹੋਣਾ ਕੀ ਮੈਨੂੰ ਚਿੱਲ ਰਿਹਾ ਕਰੋ ਵੀਰੇ ਚਿੱਲ ਰਿਹਾ ਕਰੋ ਹਰ ਗੱਲ ਦਾ ਨਾ ਮਤਲਬ ਹਰ ਗੱਲ ਦਾ ਇਸ਼ੂ ਨੀ ਬਣਾਈਦਾ ਹੁੰਦਾ ਉਹ ਬੰਦਾ ਨਾਰਮਲ ਵੀ ਲਾਈਵ ਹੋ ਸਕਦਾ ਮੇਰੇ ਲਾਈਵ ਆਉਣ ਤੋਂ ਪਤਾ ਨੀ ਕਿਉਂ ਮਤਲਬ ਇੰਨਾ ਜ਼ਿਆਦਾ ਤੁਹਾਨੂੰ ਚਾਹ ਹੀ ਚੜ ਜਾਂਦਾ ਕਿ ਲਾਈਵ ਆਉਣਾ ਉਹਨੇ ਨਹੀਂ ਕਈਆਂ ਨੂੰ ਤਾਂ ਬਹੁਤ ਚਾਹ ਚੜਦਾ ਮੈਨੂੰ ਪਤਾ ਹੈ ਉਹਨਾਂ ਦਾ ਤਾਂ ਪਤਾ ਪਰ ਜਿਹਨਾਂ ਨੂੰ ਐਕਸਟਰਾ ਚਾਹ ਚੜਦਾ ਮੈਂ ਉਹਨਾਂ ਦੀ ਗੱਲ ਕਰਨੀ ਚਿੱਲ ਰਿਹਾ ਕਰੂੰ ਮਾੜਾ ਜਿਹਾ ਸਤਿੰਦਰ ਕਿੱਧਰ ਗਏ ਸਤਿੰਦਰ ਢੋਟ ਥੈਂਕ ਯੂ ਢੋਸਾ ਯੈਸ ਖਿੱਚ ਕੇ ਰੱਖੋ ਜੀ ਤੁਸੀਂ ਕੰਮ ਅਸੀਂ ਗਾਣੇ ਬਿਲਕੁਲ ਹੀ ਖਿੱਚ ਖਿੱਚ ਕੇ ਬਣਾ ਰਹੇ ਹਾਂ ਗਾਣੇ ਇੱਕ ਤਾਂ ਤੁਹਾਡੇ ਹਾਂ ਅਸੀਂ 3 ਮਿੰਟ ਤੋਂ ਉੱਤੇ ਨਹੀਂ ਗਾਣਾ ਬਣਾਉਣਾ ਹੋ ਜਾ ਵੀ ਸਾਰੇ ਰੈਡੀ ਗਾਣਾ ਬਹੁਤ ਬਹੁਤ ਜਲਦੀ ਤੇ ਗੇਮਾਂ ਵੇਖੀ ਪੈਂਦੀਆਂ ਬਿਲਕੁਲ ਜੀ ਬਿਲਕੁਲ ਗੇਮਾਂ ਪੈਣਗੀਆਂ ਬੱਬੂ ਮਾਨ ਜਦੋਂ ਸਟੇਜ 'ਤੇ ਆਇਆ ਭੱਜੇ ਕਿਉਂ ਸੀ ਹਾਂਜੀ ਮੈਂ ਦੱਸਦੀ ਹਾਂ ਭੱਜੀ ਕਿਉਂ ਸੀ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਲਾਈਵ ਦੇ ਵਿੱਚ ਹੈ ਨਾ ਐਵੇਂ ਪਬਲਿਸਿਟੀ ਵੀ ਉਹਦਾ ਨਾਂ ਲੈਂਦੀ ਹਾਂ ਹੈ ਨਾ ਮੈਨੂੰ ਕੋਈ ਸ਼ੌਂਕ ਨਹੀਂ ਆ ਠੀਕ ਹੈ ਜੀ ਮੈਨੂੰ ਕੋਈ ਸ਼ੌਂਕ ਨਹੀਂ ਆ ਬਿਲਕੁਲ ਸ਼ੌਂਕ ਨਹੀਂ ਆ ਹੁਣ ਤੁਸੀਂ ਮੈਨੂੰ ਕਮੈਂਟ ਕੀਤਾ ਮੈਂ ਕਮੈਂਟ ਰੀਡ ਕਰ ਲਿਆ ਅਤੇ ਹੁਣ ਮੈਂ ਤਾਂ ਜਵਾਬ ਵੀ ਦਿੰਦੀ ਹਾਂ ਤੁਹਾਨੂੰ ਹੋਇਆ ਕੀ ਸੀਗਾ ਸਾਡੀ ਜਿਹੜੀ ਕੋਂਟਰੋਵਰਸੀ ਹੈਗੀ ਆ 3 ਸਾਲ ਹੋ ਗਏ ਉਸ ਕੋਂਟਰੋਵਰਸੀ ਨੂੰ ਅਤੇ 2017 December 20 ਦੀ ਗੱਲ ਆ ਅਤੇ ਜਿਹੜਾ ਸ਼ੋਅ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸ਼ੋਅ ਹੈਗਾ 2016 March ਦਾ 1.5 ਸਾਲ ਪਹਿਲਾਂ ਦਾ ਅਤੇ ਗੱਲਾਂ ਦਾ ਨਾ ਪਹਿਲਾਂ ਰੀਸਰਚ ਕਰ ਲਿਆ ਕਰੋ ਪੂਰਾ ਕਿ ਪੂਰੀ ਗੱਲ ਕੀ ਹੈਗੀ ਆ ਐਵੇਂ ਤੁਹਾਨੂੰ ਮਤਲਬ ਚਾਹ ਹੀ ਚੜ੍ਹ ਜਾਂਦਾ ਵੀ ਅਸੀਂ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਬੰਦੇ ਨੂੰ ਅਸੀਂ ਉੱਚਾ ਦਿਖਾ ਦਈਏ ਦੂਜੇ ਨੂੰ ਅਸੀਂ ਨੀਵਾਂ ਦਿਖਾਈਏ ਭੱਜਿਆ ਭੁੱਜਿਆ ਕੋਈ ਨਹੀਂ ਇੱਥੇ ਹੀ ਖੜ੍ਹੇ ਹਾਂ ਜਿੱਥੇ 3 ਸਾਲ ਪਹਿਲਾਂ ਸੀ ਅੱਜ ਵੀ ਉੱਥੇ ਹੀ ਖੜ੍ਹੇ ਹਾਂ ਕੋਈ ਚੇਂਜ ਨਹੀਂ ਹੈਗਾ ਬਾਕੀ ਗੱਲ ਇਹ ਆ ਕਦਰ
ਤੇ ਰਿਸਪੈਕਟ ਜਿਹੜੀ ਹੁੰਦੀ ਆ ਨਾ ਉਹ ਬੰਦਾ ਕਰਾਉਣ ਵਾਲਾ ਅਗਲਾ ਚਾਹੀਦਾ ਅੱਜ ਤਾਂ ਬਹੁਤ ਕੀਤੀ ਸੀ ਬੜੀ ਕਰਦੇ ਸੀ ਲਾਈਵ 'ਚ ਆ ਕੇ ਵੀ ਤਾਰੀਫਾਂ ਕੀਤੀਆਂ ਹੋਣਗੀਆਂ ਹੈ ਨਾ ਵਧੀਆ ਲਿਖਦਾ ਬੰਦਾ ਵਧੀਆ ਗਾਉਂਦਾ ਕਹਿੰਦੇ ਹੁੰਦੇ ਸੀਗੇ ਪਰ ਤੁਹਾਨੂੰ ਕਹਾਉਣਾ ਹੀ ਨਹੀਂ ਆਇਆ ਇਸ ਕਰਕੇ ਸਾਨੂੰ ਆਪਣਾ ਤਾਂ ਸਿੱਧਾ ਹਿਸਾਬ ਹੈ ਪਹਿਲੇ ਦਿਨ ਤੋਂ ਹੀ ਆਪਣਾ ਨਾ ਪਹਿਲ ਆਪਾਂ ਕਰੀ ਦੀ ਨਹੀਂ ਅਤੇ ਬਾਅਦ 'ਚ ਅਸੀਂ ਛੱਡੀ ਦਾ ਨਹੀਂ ਅਤੇ ਹੁਣ ਫਿਰ ਠੀਕ ਹੈ ਜੇ ਚੱਲੀ ਜਾਂਦਾ ਐਵੇਂ ਚੱਲਣ ਦਿਉ ਹੈ ਨਾ ਉਹ ਕਹਿੰਦੇ ਨਾ ਕਬੂਤਰ ਅੱਖਾਂ ਬੰਦ ਕਰ ਲੈਂਦਾ ਐਂ ਕਰਕੇ ਮੈਨੂੰ ਤਾਂ ਕੁਛ ਨਹੀਂ ਮੈਨੂੰ ਹੈ ਨਾ ਬਿੱਲੀ ਜੇ ਆਉਂਦੀ ਹੈ ਅਤੇ ਉਹ ਅੱਖਾਂ ਬੰਦ ਕਰ ਲੈਂਦਾ ਕਰਕੇ ਬੈਠੋ ਅੱਖਾਂ ਬੰਦ ਕੋਈ ਚੱਕਰ ਹੀ ਨਹੀਂ ਕਿਸੇ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈਂਦਾ ਚੀਅਰਸ इस वीडियो नूं देखण तों बाद दसना ना भुलना कि सिद्धू मूसेवाले दे शूटर कलों दा इह नवां गीत गेम तुहानू किवें लग्या जेकर तुसीं वी सिद्धू मूसेवाले दे फैन हो तां सिद्धू मूसेवाला जिंदाबाद कमेंट्स विच लिखना ना भुलना मिलदे हां किसे होर नवीं अपडेट नाल जेकर तुसीं इस चैनल दे नवे हो तां इसे तरह दीआं पंजाबी इंडस्ट्री नाल जुड़ियां हर नवीं अपडेट्स नूं सब तों पहलां देखण लई इस चैनल नूं सबसक्राइब कर घंटी वाले बटन नूं दबाउणा ना भुलना तुहाडा दिन शुभ रहे धन्नवाद